ਨਾਭਾ ਸ਼ਹਿਰ ਦੇ ਪਟਿਆਲਾ ਗੇਟ 'ਤੇ ਸਥਿਤ SBI ਬੈਂਕ ਦੇ ATM ਵਿੱਚੋਂ 500 ਦੇ ਨਕਲੀ ਅਤੇ ਫਟੇ ਹੋਏ ਨੋਟ ਨਿਕਲ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਬੈਂਕ ਮੈਨੇਜਮੈਂਟ ਦੀ ਨਲਾਇਕੀ ਕਰਕੇ ਹੀ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ATM ਵਿੱਚੋਂ ਪੈਸੇ ਕਢਾਉਣ ਲਈ ਆਏ ਲੋਕਾਂ ਨੇ ਕਿਹਾ ਕਿ ਜਦੋਂ ਇਹ ਫਟੇ ਹੋਏ ਨੋਟ ਉਹ ਬੈਂਕ ਦੀ ਮੈਨੇਜਮੈਂਟ ਕੋਲ ਲੈ ਕੇ ਗਏ ਤਾਂ ਉਹਨਾਂ ਨੇ ਉਹਨਾਂ ਨਾਲ ਮਾੜਾ ਵਤੀਰਾ ਕੀਤਾ ਅਤੇ ਕਿਹਾ ਕਿ ਸਾਡੀ ਕੋਈ ਵੀ ਜ਼ਿੰਮੇਵਾਰੀ ਨਹੀਂ ਬਣਦੀ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਹੁਣ ATM ਵਿੱਚੋਂ ਬਿਨਾਂ ਪੈਸੇ ਕਢਾਏ ਹੀ ਉਹਨਾਂ ਨੂੰ ਖਾਲੀ ਹੱਥ ਪਰਤਣਾ ਪੈ ਰਿਹਾ ਹੈ। ਮੈਂ 5000 ਰੁਪਇਆ ਕਢਵਾਇਆ ਸੀ 3:15 ਵਜੇ ਅਤੇ ਉਸ ਵਿੱਚੋਂ 4000 ਤਾਂ ਠੀਕ ਹੈ ਅਤੇ ਆਹ 2 ਨੋਟ ਖਰਾਬ ਨਿਕਲੇ ਨੇ। ਪ੍ਰੋਬਲਮ ਇਹ ਫਟਿਆ ਹੋਇਆ ਜੀ, ਆਹ ਟੇਪ ਲੱਗੀ ਹੈ, ਚੱਲ ਨਹੀਂ ਸਕਦਾ। ਮੈਂ ਪਹਿਲਾਂ SBI ਬ੍ਰਾਂਚ ਡੇਵਿਡ ਵਾਲਾ ਚੌਂਕ ਗਿਆ, ਉੱਥੇ ਗੱਲਬਾਤ ਕੀਤੀ, ਉਹਨਾਂ ਨੇ ਸਾਨੂੰ ਕਹਿੰਦੇ ਆ ਰਹੀ ਆ ਸਕੂਲ ਦੇ ਜੋ ਬ੍ਰਾਂਚ ਹੈ ਨਵੇਂ ਉਹਦੇ ਕੋਲ ਜਾਓ। ਅਸੀਂ ਉਰੇ ਆਏ, ਗੱਲਬਾਤ ਕਰੀ, ਸਾਨੂੰ ਸਿਕਿਉਰਿਟੀ ਗਾਰਡ ਐਂਟਰ ਨਹੀਂ ਹੋਣ ਦਿੰਦਾ। ਕਹਿੰਦੇ ਮੈਨੇਜਰ ਕਹਿੰਦੇ ਨੇ ਕਿ ਆਹ ਸਾਡੇ ਅੰਡਰ ਨਹੀਂ ਹੈ ATM ਬ੍ਰਾਂਚ, ਤੁਸੀਂ ਦੂਸਰੇ ਬੈਂਕ ਵਿੱਚ ਹੀ ਜਾਓ ਡੇਵਿਡ ਵਾਲਾ ਚੌਂਕ ਵਾਲੇ। ਅਸੀਂ ਫਿਰ ਦੁਬਾਰਾ ਉੱਥੇ ਗਏ, ਉਹ ਸਾਨੂੰ ਫਿਰ ਉਰੇ ਭੇਜ ਦਿੰਦੇ। ਸਾਨੂੰ ਇਹ ਬਹੁਤ ਪਰੇਸ਼ਾਨੀ ਹੋ ਰਹੀ ਹੈ ਕਿ ਅਜਿਹੇ ਨੋਟ ATM 'ਚ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ, ਕਿ ਬੈਂਕਾਂ ਦੀ ਮਿਲੀ ਭੁਗਤਾਂ ਹੋ ਸਕਦਾ ਜੀ, ਬਿਲਕੁਲ ਹੋ ਸਕਦਾ ਜੀ। ਕੀ ਹੋ ਸਕਦਾ? ਮਤਲਬ ਜੋ ਬੇਈਮਾਨੀ ਹੋ ਰਹੀ ਹੈ, ਕਰਪਸ਼ਨ ਹੋ ਰਹੀ ਹੈ ਜੀ। ਹੁਣ ਐਮਰਜੈਂਸੀ ਪੈਸੇ ਚਾਹੀਦੇ ਤੇ ਅਤੇ ਜਦੋਂ ਆਪਣੇ ਕੁਛ ਇੱਥੇ ਮੈਂ ਨੌਜਵਾਨ ਦੇਖੇ ਆਪਣੇ ਵੀ ਪੈਸੇ ਕਢਵਾਉਂਦੇ ਹੋਏ ਤਾਂ ਇਹਨਾਂ ਕੋਲ ਨੋਟ ਬਹੁਤ ਜ਼ਿਆਦਾ ਨਕਲੀ ਨਿਕਲੇ ਨੇ, ਖਰਾਬ ਨਿਕਲੇ ਨੇ, ਹੈ ਜੀ, ਅਤੇ ਉਹਨਾਂ ਨੂੰ ਰੰਗ ਵੀ ਲੱਗਿਆ ਹੋਇਆ। ਮੈਂ ਆਪਣੇ ਫਿਰ ਜਿਹੜੇ ਇਹਨਾਂ ਨੇ ਕਹਿੰਦੇ ਅੰਕਲ ਮੈਂ ਆਪਣੀ ਤੁਸੀਂ ਨਾ ਕਢਵਾਓ, ਮਹਾਂ ਬੇਟੇ ਠੀਕ ਹੈ, ਮੈਂ ਤੁਹਾਡੀ ਆਪਣੇ ਸਲਾਹ ਨਾਲ ਚੱਲਣਾ, ਮੈਨੂੰ ਤਾਂ ਐਮਰਜੈਂਸੀ ਜ਼ਰੂਰਤ ਹੈ, ਹੈ ਜੀ। ਇਸ ਕਰਕੇ ਨਲਾਇਕੀ ਦੇ ਇਸ ਆਪਣੇ ਹੈ ਜੀ ਬਾਵਜੂਦ ਅਸੀਂ ਤਾਂ ਬਹੁਤ ਪਰੇਸ਼ਾਨ ਹੋ ਰਿਹਾ। ਮੈਂ ਮੈਨੂੰ ਹੁਣ ਮੇਰੀ ATM 'ਚ ਤਨਖਾਹ ਪਈ ਤੀ, ਮੈਂ ਤਾਂ ਜਾ ਕੇ ਸਭ ਹਿਸਾਬ ਕਿਤਾਬ ਕਰਨਾ ਜੀ। ਇਹ ਕੀ ਕਾਰਨ ਹੈ ਜੀ, ਕੋਈ ਬੈਂਕ ਦੀ ਮਿਲੀ ਭੁਗਤਾਂ ਜਾਂ ਕੀ ਕਹਿ ਸਕਦੇ ਉਸ ਬਾਰੇ? ਇਹ ਤਾਂ ਦੇਖੋ ਜੀ, ਹੁਣ ਆਪਣੇ ਇਹਨਾਂ ਦੀ ATM ਦੇ ਵਿੱਚ ਜਿਹੜੇ ਆਪਣੇ ਪੈਸੇ ਪਾ ਕੇ ਗਏ ਨੇ ਉਹਨਾਂ ਦੀ ਉਹ ਨਲਾਇਕੀ ਹੋਇਆ ਜ਼ਿਆਦਾ, ਉਹਨਾਂ ਦੀ ਇਹ ਉਹਨਾਂ ਨੂੰ ਨਹੀਂ ਪਤਾ ਵੀ ਮੈਂ ਅਸੀਂ ਨੋਟ ਕਹਿ ਜੇ ਪਾ ਰਿਹਾ, ਪਬਲਿਕ ਨੂੰ ਹਰਾਸਮੈਂਟ ਕਰਾਂਗੇ ਅਸੀਂ। ਤਕਰੀਬਨ 3:15 ਵਜੇ ਇਹ ਨੋਟ ਕਢਾ ਕੇ ਲੈ ਕੇ ਗਏ ਜੀ ਇੱਥੋਂ, ਅਤੇ ਇਹ ਨੋਟ ਦਾ ਜਿਹੜਾ ਹੈਗਾ ਜਦੋਂ ਮੈਂ ਇਹਨੂੰ ਚਲਾਉਣਾ ਚਾਹਿਆ ਅਤੇ ਉਹ ਮੈਨੂੰ ਦੁਕਾਨਦਾਰਾਂ ਨੇ ਮਨਾ ਕਰਤਾ, ਕਹਿੰਦੇ ਇਹ ਨੋਟ ਕਲਰ ਨੋਟ ਹੈ, ਇਹ ਚੱਲੇਗਾ ਨਹੀਂ। ਉਸ ਤੋਂ ਤੁਰੰਤ ਬਾਅਦ ਮੈਂ ਬੈਂਕ ਦੇ ਵਿੱਚ ਗਿਆ, ਪਹਿਲਾਂ ਜਿਹੜੀ ਮੈਂ ਅੰਦਰ ਬੈਂਕ ਗਈ ਆਪਣੇ ਦਲੱਦੀ ਗੇਟ ਬ੍ਰਾਂਚ ਹੈ SBI ਦੀ, ਉੱਥੇ ਗਿਆ, ਉਹਨਾਂ ਨੇ ਮੈਨੂੰ ਮਨਾ ਕਰਤਾ, ਕਹਿੰਦੇ ਅਸੀਂ ਇਹ ਨੋਟ ਨਹੀਂ ਉਹ ਕਰਦੇ ਹੈਗੇ, ਅਸੈਪਟ ਨਹੀਂ ਕਰਦੇ ਹਨ, ATM ਨੂੰ ਨਹੀਂ ਦਿੰਦੇ ਹੈਗੇ, ਤੁਸੀਂ ਦੂਸਰੀ ਆਰੀਆ ਸਮਾਜ ਜਿਹੜੀ ਚੌਂਕ ਹੈ ਪਟਿਆਲਾ ਗੇਟ ਬੈਂਕ ਆ, ਵੱਡੀ ਬੈਂਕ ਆ, ਉੱਥੇ ਜਾਓ। ਉਹ ਬੈਂਕ ਦੇ ਵਿੱਚ ਮੈਂ ਗੱਲ ਕਰਨ ਦੇ ਲਈ ਜਦੋਂ ਆਉਣ ਲੱਗਿਆ ਤਾਂ ਮੈਨੂੰ ਮੇਰੇ ਨਾਲ ਸਾਥੀ ਜਿਹੜੇ 2 ਸਾਥੀ ਹੋਰ ਨੇਗੇ ਇਹ ਮਿਲ ਗਏ, ਮੈਂ ਨਾਲ ਇਹਨਾਂ ਨੂੰ ਲੈ ਲਿਆ ਆਪਣੇ। ਜਦੋਂ ਇਹਨਾਂ ਨੂੰ ਆਪਣੇ ਨਾਲ ਲੈ ਕੇ ਮੈਂ ਇੱਥੇ ਪਹੁੰਚਿਆ ਤਾਂ ਮੈਨੂੰ ਸਿਕਿਉਰਿਟੀ ਗਾਰਡ ਨੇ ਅੰਦਰ ਹੀ ਨਹੀਂ ਜਾਣ ਦਿੱਤਾ, ਮਨਾ ਕਰਤਾ ਗੱਲ ਕਰਨ ਤੋਂ। ਤਕਰੀਬਨ ਅਸੀਂ 4:05 'ਤੇ ਅਸੀਂ ਇੱਥੇ ਪਹੁੰਚ ਚੁੱਕੇ ਸੀਗੇ ਬੈਂਕ ਦੇ ਗੇਟ ਦੇ ਉੱਤੇ, ਉਹਨਾਂ ਨੇ ਮਨਾ ਕਰਤਾ ਸਾਨੂੰ ਅੰਦਰ ਨਹੀਂ ਜਾਣ ਦਿੱਤਾ, ਅਤੇ ਇਹ ਨੋਟ ਸਾਡੇ ਚੱਲ ਨਹੀਂ ਰਹੇ ਅਤੇ ਸਾਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਇਸ ਚੀਜ਼ ਦੇ ਲਈ। ਅਸੀਂ ਆਏ ਔਰ ਮੈਨੇ ਇਸੀ ATM ਮੇਂ ਸੇ 1500 ਰੁਪਏ ਨਿਕਾਲਾ, ਬਜਾਜ ਫਾਈਨੈਂਸ ਮੈਂ ਜਮਾ ਕਰਨਾ ਥਾ, ਪਰ ਇਸਮੇਂ ਕਲਰ ਹੈ ਨਹੀਂ, ਅਬ ਵਹਾਂ ਪੇ ਜਾ ਰਹੇ ਜਮਾ ਕਰਨੇ ਕੇ ਲੀਏ, ਤੋ ਬੋਲ ਰਹੇ ਕਿ ਮੈਂ ਲੂੰਗਾ ਨਹੀਂ, ਫਿਰ ਇਹੀ ਪ੍ਰੋਬਲਮ ਹੈ, ਮੇਰੇ ਕੋ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।